ਬੀਤੀ ਸਵੇਰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵੱਡਾ ਕਾਰ ਬੰਬ ਧਮਾਕਾ ਹੋ ਗਿਆ। 3 ਲੋਕਾਂ ਦੇ ਮਰਨ, ਦਰਜਨਾਂ ਸ਼ਹਿਰੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਇਹਨਾਂ ਵਿੱਚ 50 ਦੇ ਕਰੀਬ ਸਕੂਲੀ ਵਿਦਿਆਰਥੀ ਵੀ ਜ਼ਖਮੀ ਹੋ ਗਏ ਨੇ। ਕਾਬੁਲ ਵਿੱਚ ਬੰਬ ਧਮਾਕੇ ਹੋਣਾ ਰੋਜ਼ ਦਾ ਮਾਮੂਲ ਹੈ। ਨਵਾਂ ਬੰਬ ਧਮਾਕਾ ਜਦੋਂ ਕਿ ਅਫਗਾਨ ਸਦਰ ਜਨਾਬ ਅਸ਼ਰਫ ਗਨੀ ਪਾਕਿਸਤਾਨ ਦਾ 2 ਦਿਨਾਂ ਦੌਰਾ ਕਰਕੇ ਗਏ ਨੇ, ਉਸ ਵੇਲੇ ਹੁਣ ਪਾਕਿਸਤਾਨ ਅਫਗਾਨਿਸਤਾਨ ਦੇ ਆਪਸੀ ਸੰਬੰਧਾਂ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ, ਕਿਉਂਕਿ ਜਦੋਂ ਵੀ ਦੋਵਾਂ ਮੁਲਕਾਂ ਵਿੱਚ ਸੰਬੰਧ ਸੁਧਾਰਨ ਦੀ ਗੱਲ ਚੱਲਦੀ ਹੈ, ਕਾਬੁਲ ਵਿੱਚ ਬੰਬ ਧਮਾਕਿਆਂ ਦਾ ਸਿਲਸਿਲਾ ਨਵੇਂ ਸਿਰੇ ਸ਼ੁਰੂ ਹੋ ਜਾਂਦਾ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।